ਸਸਿਕਾ ਦੋਸਤੋ ਬਹੁਤ ਭਰਾਵਾਂ ਦੇ ਮੈਸੇਜ ਆਉਂਦੇ ਨੇ ਨੂਲਾ ਉਸਤਾ ਚੱਕ ਕਰ ਦੋ ਬਹੁਤ ਸਰਚਾ ਗੂਗਲ ਤੇ ਜਾਂ YouTube ਤੇ ਬਹੁਤ ਭਰਾ ਕਰਦੇ ਪਏ ਨੇ ਨੂਲਾ ਉਸਤਾ ਚੈੱਕ ਕਰਨ ਵਾਸਤੇ ਰeal ਆ ਜਾਂ fake ਆ ਕਿਉਂਕਿ ਸਭ ਤੋਂ ਪਹਿਲਾਂ ਅਸੀਂ ਵੀਡੀਓ ਬਣਾਣੀ ਸਟਾਰਟ ਕਰੀ ਸੀ 2020 ਦੇ ਵਿੱਚ ਕਿ ਤੁਸੀਂ ਆਪਣੀ ਸਲਿੱਪਾਂ ਚੈੱਕ ਕਰਾ ਲਓ ਸਲਿੱਪ ਹੁੰਦੀ ਜਦੋਂ ਦੀ ਪੇਪਰ ਅਪਲਾਈ ਕਰਦੇ ਆ ਉਸੇ ਦਿਨ ਜਿਹੜੀ ਚੀਜ਼ ਤੁਹਾਨੂੰ ਮਿਲਦੀ ਆ ਸਲਿੱਪ ਜਿਹਦੇ ਉੱਪਰ ਤੁਹਾਡਾ ਤੁਹਾਡੀ ਡੇਟ ਹੁੰਦੀ ਆ ਕੋਡ ਹੁੰਦੇ ਨੇ ਤੁਹਾਡੀ ਸਲਿੱਪ ਦੇ ਹਨਾ ਉਦੇ ਉੱਪਰ ਸਾਰਾ ਕੁਝ ਲਗਭਗ ਲਿਖਿਆ ਹੁੰਦਾ ਆ ਕਿ ਤੁਸੀਂ ਪੀਪਰ ਕਿੰਨੀ ਟਾਈਮਿੰਗ ਟਾਈਮ ਤੇ ਪੀਪਰ ਅਪਲਾਈ ਕੀਤੇ ਨੇ ਕਿਹੜੀ ਜਗ੍ਹਾ ਤੇ ਪੀਪਰ ਅਪਲਾਈ ਕੀਤੇ ਨੇ ਮੈਂ ਬਹੁਤ ਵੀਡੀਓ ਚਾਹਦਾ ਸੇਵਿਆ ਕਿਸ ਤਰ੍ਹਾਂ ਦੇ ਵੀ ਚੈੱਕ ਕਰ ਸਕਦੇ ਹੋ ਕਿਹੜੀ ਸਿਟੀ ਦੇ ਤੁਹਾਡੇ ਪੀਪਰ ਅਪਲਾਈ ਹੋਏ ਆ ਜੇ ਤੁਸੀਂ ਇਹ ਦੇਖਣਾ ਚਾਹੁੰਦੇ ਹੋ ਤੁਸੀਂ ਥੱਲੇ ਦਰ ਮੈਂ ਲਿੰਕ ਦੇ ਦਾਂਗਾ ਕਿ ਕਿੱਦਾਂ ਚੈੱਕ ਕਰ ਸਕਦੇ ਹੋ ਕਿਹੜੀ ਸਿਟੀ ਤੇ ਪੀਪਰ ਅਪਲਾਈ ਹੋਇਆ ਫੇਕ ਆ ओरिजिनल ਉਹਦਾ ਵੀ ਮੈਂ ਲਿੰਕ ਦੇ ਦਾਂਗਾ ਬਾਇ ਚਾਂਸ ਨੂੰ ਵੀ ਵੀਡੀਓ ਚ ਤੁਹਾਨੂੰ ਸਮਝ ਨਹੀਂ ਲੱਗਦੀ ਕਿ ਤੁਹਾਡੀ ਸਲਿੱਪ ਆ ਉਹ ਫੇਕ ਹੈ ਜਾਂ ओरिजिनल ਆ ਤੁਸੀਂ ਮੈਨੂੰ ਇੰਸਟਾਗ੍ਰam ਤੇ ਸੈਂਡ ਕਰ ਸਕਦੇ ਹੋ ਟਾਈਮ ਲੱਗ ਸਕਦਾ ਹਾਂ ਕੁਝ ਟਾਈਮ ਬਾਅਦ ਹੀ ਰਿਪਲਾਈ ਜ਼ਰੂਰ ਕਰ ਦੇਆ ਕਿ ਫੇਕ ਆ ਜਾਂ ओरिजिनल ਜਿਹੜੇ ਸਾਨੂੰ ਸ਼ੇਅਰ ਕਰਦੇ ਜਾਂ ਵੀਡੀਓ ਸਾਡੀ ਰੈਗੂਲਰਲੀ ਦੇਖਦੇ ਨੇ ਉਹਨਾਂ ਨੂੰ ਪਤਾ ਹੋਏਗਾ ਆਪਾਂ ਰਿਪਲਾਈ ਹਮੇਸ਼ਾ ਕਰਦੇ ਆ ਦੂਸਰੀ ਗੱਲ ਕਰਦੇ ਆ ਨੂ ਲੌਸ ਦਾ ਚੈੱਕ ਹੁੰਦਾ ਜਾਂ ਨਹੀਂ ਹੁੰਦਾ ਨੂ ਲੌਸ ਦਾ ਚੈੱਕ ਨਹੀਂ ਹੋ ਸਕਦਾ ਕਿ ਫੇਕ ਜਾਂ ओरिजिनल ਇਕੱਲੀ ਐਮਬੈਸੀ ਹੀ ਦੇਖ ਸਕਦੀ ਏ ਕਿ ਉਹ ਫੇਕ ਹੈ ਜਾਂ 오ਰੀਜਨਲ ਹੈ ਨੂੰ ਨੂਲਾਸਟਾ ਜੇ ਤੁਸੀਂ ਆਪਣੇ ਨੂੰ ਨੂਲਾਸਟਾ ਚੈੱਕ ਕਰਾਉਣਾ ਚਾਹੁੰਦੇ ਹੋ ਤੁਸੀਂ ਐਮਬੈਸੀ ਨੂੰ ਫੋਨ ਕਰੋ ਜਿਹੜਾ ਨੂਲਾਸਟ ਪਰ ਕੋਡ ਹੁੰਦਾ ਉਹਨੂੰ ਦੱਸੋ ਕਿ ਆਹ ਕੋਡ ਹੈ ਮੇਰੇ ਨੂਲਿਓਸਟ ਦੇ ਦਾ ਜੇ ਤੁਹਾਨੂੰ ਫੋਨ ਨਹੀਂ ਚਾਹਤ ਜੇ ਤੁਸੀਂ ਈਮੇਲ ਕਰ ਸਕਦੇ ਹੋ 14 ਦਿਨ ਤੇ ਬਾਅਦ ਅਪਡੇਟ ਹੋ ਜਾਂਦਾ ਐਮਬੈਸੀ ਕੋਲ ਕਿ ਨੂੰ ਨੂਲਾਸਟਾ ਨਾਲ ਕੋ ਵੀ ਮਤਲਬ ਆਟੋਮੈਟਿਕ ਆ ਜਾਂਦਾ ਆ ਤਾਂ ਦੱਸ ਸਕਦੇ ਆ ਤੁਸੀਂ ਕਹਲਾ ਕੋਡ ਦੱਸਦੇ ਹੋ ਉਹ ਕੋਡ ਦੇ ਮੁਤਾਬਕ ਤੁਹਾਨੂੰ ਤੁਹਾਡਾ ਨਾਮ ਡੇਟ ਵਰਤ ਦੱਸੇਗੀ ਕਿ ਹਾਂ ਤੇ ਫਿਰ ਤੁਹਾਨੂੰ ਦੱਸਿਆ ਕਿ ਤੁਸੀਂ ਪਾਸਪੋਰਟ ਲੈ ਕੇ ਅਪਾਇੰਟਮੈਂਟ ਲੈ ਕੇ ਐਮਬੈਸੀ ਦੇ ਚਾਰਜ ਉਤੇ ਜਮ੍ਹਾਂ ਕਰਾ ਦਿਓ ਤੁਹਾਡਾ ਵੀਜ਼ਾ ਮਰਗੀ ਹੋ ਗਿਆ ਕਲੀਅਰ ਜੇ origignal ਹੈ ਜੇ fake ਹੈ ਉਹਨਾਂ ਨੇ ਕਹਿ ਰਹੇ ਨਾ ਤੁਹਾਡੇ ਕੋਲ ਅਜੇ ਅਪਡੇਟ ਨਹੀਂ ਹੋਇਆ ਹੈਗਾ ਹਨ ਕੋਈ ਇਨਫੋਰਮੇਸ਼ਨ ਨਹੀਂ ਆ ਰਹੀ ਹੈਗੀ ਉਹਦਾ ਮਤਲਬ fake ਆ ਉਸ ਤੋਂ ਇਲਾਵਾ ਤੁਸੀਂ ਕੋ ਤੋਂ ਵੀ ਅਪਲਾਈ ਪਤਾ ਨਹੀਂ ਕਰ ਸਕਦੇ ਹੈਗੇ fake ਜਾਂ original ਆ ਕਿਸੇ ਵੀ YouTube ਨੂੰ YouTuber ਨੂੰ ਸੈਂਡ ਕਰ ਦਿਓ ਮੈਨੂੰ ਸੈਂਡ ਕਰ ਲਓ ਜਾਂ ਕਿਸੇ ਆਫਿਸ ਚ ਜਾ ਕੇ ਦਿਖਾ ਲਓ ਉਹ ਤੁਹਾਨੂੰ ਨਹੀਂ ਦੱਸ ਸਕਦੇ ਹੈਗੇ ਨੂੰ ਲਾਸਟ ਆ fake ਜਾਂ original ਹਾਂ ਬਾਇਚਾਸ ਜੇ ਕਿਸੇ ਨੇ ਘਰੇ ਲਿਖਿਆ ਆ ਜਾਂ ਘਰੇ ਬਣਾਇਆ ਹਨਾ ਤੁਸੀਂ ਜੇ ਮੈਨੂੰ ਸੈਂਡ ਕਰੋਗੇ ਜਾਂ ਕਿਸੇ ਨੂੰ ਸੈਂਡ ਕਰੋਗੇ ਉਹ ਦੇਖ ਕੇ ਸ਼ਾਇਦ ਦੱਸ ਦੇ ਕਿ ਹਾਂ ਇਹਨੇ ਸਪੈਰਿੰਗ ਗਲਤ ਲਿਖੇ ਜਾਂ ਉੱਪਰ ਥੱਲੇ ਲਿਖਿਆ ਕੋਸ਼ਿਸ਼ ਜਾਂ ਫਿਰ ਨੂਲਸਤਾ ਦਾ ਤਦਰ ਹੁੰਦਾ ਨਹੀਂ ਹੈਗਾ ਹਨਾ ਉਹ ਪਤਾ ਲੱਗ ਜਾਂਦਾ ਕਿ ਹਾਂ ਫੇਕ ਆ ਜੇ ਡਿਪ ਟਪ ਕਾਪੀ ਕੀਤੀ ਜਾਂ ਕਿਸੇ ਦਾ ਨੂਲਸਤਾ ਨਾਮ ਹਟਾ ਕੇ ਤੁਹਾਨੂੰ ਸੈਂਡ ਕਰ ਦਿੱਤਾ ਗਿਆ ਆ ਤੇ ਉਹ ਪਤਾ ਨਹੀਂ ਕਰ ਸਕਦੇ ਸਿਰਫ ਐਵੇਂ ਸਹੀ ਦੱਸ ਸਕਦੇ ਕਿ ਤੁਹਾਡਾ ਨੂਲਸਤਾ ਨਹੀਂ ਹੈਗਾ ਕਿਸੇ ਹੋਰ ਦਾ ਹੈਗਾ ਕਿਉਂਕਿ ਅੱਜ ਕੱਲ ਇਹ ਤਾਂ ਹੁੰਦਾ ਹੈ ਜਦੋਂ ਤੁਸੀਂ ਪੈਸੇ ਦੀ ਗੱਲ ਕਰਦੇ ਹੋ ਕਿ ਜਦੋਂ ਨੂੰ ਲਾਸਤਾ ਆ ਜਾਏਗਾ ਉਦੋਂ ਤਿੰਨ ਮੈਂ ਸਾਰੇ ਪੈਸੇ ਦੇ ਦਾਰ ਕੇ ਉਦੋਂ ਫੇ ਤੁਹਾਨੂੰ ਫੇਕ ਨੋਲੇਜ ਤੇ ਦੇ ਦਿੰਦੇ ਨੇ ਜੇ ਤੁਹਾਨੂੰ ਸਮਝ ਲੱਗੀ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਚ ਦੱਸੋ ਹੋਰ ਕਿਸ ਟੌਪਿਕ ਤੇ ਅਪਾ ਵੀਡੀਓ ਲੈ ਕੇ ਆਈਏ ਸੋ ਮਿਲਦੇ ਆ नेक्स्ट ਵੀਡੀਓ ਦੇ ਵਿੱਚ